ਆਉਣ ਵੀ ਹੈ ਕਿੱਥੋਂ ਆਈਆਂ ਗੋਲੀਆਂ? ਅਤੇ ਫਰਮਾਇਲ ਆ ਜੀ, ਇਹ ਸਪੈਸ਼ਲ ਤਿਆਰ ਕਰਾਈ ਹੈ। ਤਿਆਰ ਕਰਾਈ ਜੀ ਕਿੱਥੋਂ? ਇਹਦੀ ਕੀ ਸਮੈਲ ਜ਼ਿਆਦਾ ਤੇਜ਼? ਸਮੈਲ ਜ਼ਿਆਦਾ ਤੇਜ਼। ਠੀਕ ਹੋ ਗਿਆ। ਅਤੇ ਇਹ ਹੁਣ ਇਹਨਾਂ ਨੂੰ ਲੈ ਲਿਆ ਦੇਣਾ ਜੀ? ਲੈ ਲਿਆ। ਇਹ ਹੈ ਨੇ ਕੋਈ 8-10 ਮਹੀਨੇ ਵਾਲੇ? ਸਲਾਮ ਅਲੈਕਮ ਜੀ। ਇਹ ਜੀ ਫਰਨਾਇਲ ਸੇ ਡੀਵਾਰਮਿੰਗ ਕਰਨੇ ਲੱਗੇ ਹੈ, ਜੋ 5 ਲੈ ਕੇ 8-10 ਮਾਹ ਵਾਲੇ ਬੱਚੇ ਹੈ ਮੇਲ ਉਨਕੀ। ਤੋ ਮੁਝੇ ਵੀ ਜ਼ਰਾ ਮਜ਼ੀਦ ਸਿੱਖਣੇ ਕੋ ਮਿਲ ਜਾਏਗਾ, ਔਰ ਸੋਚਾ ਚਲੇ ਆਪਕੇ ਸਾਥ ਵੀ ਸ਼ੇਅਰ ਕਰ ਲੂੰ। ਓਏ ਠਹਿਰ ਜਾ, ਐਵੇਂ ਬਾਅਦ ਤੂੰ ਖਾਣਾ ਨਹੀਂ ਉਲੂ ਦਿਆ ਕਰਨਾ। ਕੋਈ ਨਹੀਂ ਬਹਿ ਜਾਂਦੇ ਤੁਸੀਂ, ਇਹ ਦਿਓ ਹੋ ਜਾਓ ਉਧਰ। ਇੱਕ ਇੱਕ ਗੋਲੀ ਦੇਣੀ? ਦੋ ਗੋਲੀਆਂ ਪਾਕਿਸਤਾਨੀ, ਦੋ ਗੋਲੀਆਂ ਅਤੇ ਇੰਪੋਰਟਡ ਇੱਕ। ਕੀ ਕਰਨਾ ਜੇ ਹੋਰ ਨੇ? ਇਹ ਮੈਂ ਵੀ ਪਹਿਲਾਂ ਦੱਸਿਆ, ਇਹ ਤਾਂ ਇੱਥੇ ਵਾਲੇ ਰੈਗੂਲਰ ਜੀ ਨੇ। ਚਲੋ ਮੰਗਵਾਓ ਫਿਰ, ਦੋ ਜੀ ਆਉਂਦੇ ਹੁਣ ਉਹਨਾਂ ਨੇ ਵੇਖੀ, ਉਰਦੂ ਮੈਂ ਬੋਲਤਾ ਹੂੰ, ਅਭੀ ਉਹਨਾਂ ਨੇ ਦੇਖੀ ਹੈ ਤੋ ਯੇ ਵੋ ਕਹਤੇ ਹੈ, ਯੇ ਤੋ ਰੈਗੂਲਰ ਹੈ, ਜੋ ਬਨਵਾਈ ਹੈ ਵੋ ਪੈਕਟ ਨਹੀਂ ਹੈ, ਤੋ ਵੋ ਮੰਗਵਾਤੇ ਹੈ। ਆਮ ਗੋਲ ਨੂੰ ਸਹਿਜ ਵੀ ਤਾਂ ਵੱਡਾ ਵਾ, ਹੈਵੀ ਹੈ, ਸਮੈਲ ਵੀ ਦੀ ਬਹੁਤ ਆ। ਅੱਛਾ ਜੀ, ਇਹ ਸਪੈਸ਼ਲ ਤਿਆਰ ਕਰਵਾਈਏ, ਇਹਨੂੰ ਇੱਕ ਮਿੰਟ ਫੜਿਆ ਜਿਹੜਾ ਮੈਂ ਖੋਲਣਾ। ਸਮੈਲ ਇੱਥੇ ਤੱਕ ਆ ਰਹੀ, ਸਮੈਲ ਆਉਣੇ, ਸਮੈਲ ਜਿਹੜੀ ਡੇਢ ਤੱਕ ਤਾਂ ਦਿਮਾਗ 'ਚ ਬਾਕੀ ਰਹੇ। ਇਹ ਹੈ ਜੀ ਸਾਰੀ ਗੇਮ ਫਰਨਾਇਲ ਕੀ ਜੋ ਹੈ ਨਾ, ਇਹ ਕੋਈ ਜ਼ਹਿਰ ਸ਼ਹਿਰ ਨਹੀਂ ਹੈ, ਇਹ ਬੇਸਿਕਲੀ ਸਮੈਲ ਹੀ ਹੈ, ਔਰ ਇਹੀ ਸਮੈਲ ਜੋ ਹੈ ਵੋ ਕੀੜੋਂ ਕੋ ਨਿਕਾਲਨੇ ਕਾ ਭਗਾਨੇ ਕਾ ਸਬਬ ਬਣਤੀ ਹੈ। ਐਵੇਂ ਜੀ, ਇਹ ਇਸ ਤਰ੍ਹਾਂ ਜੀ, ਜਿਹੜੇ ਜਿੰਨੇ ਵੀ ਜਿਗਰ ਦੇ ਮੈਦੇ ਦੇ ਫਿਫੜਿਆਂ ਦੇ ਅੰਦਰ ਮੁਖਤਲਿਫ ਜਗ੍ਹਾ 'ਚ ਜਾਂਦੇ, ਹੱਤਾ ਕਿ ਦਿਮਾਗ ਤੱਕ ਵੀ ਸਮੈਲ ਕੰਮ ਕਰਦੇ ਨੇ, ਕੀੜੇ ਨੂੰ ਖਤਮ ਕਰਦੇ ਨੇ ਇੱਕੋ ਹੀ ਫਰਨਾਇਲ ਦੇ। ਸਹੀ ਹੋ ਗਿਆ। ਉਸ ਤੋਂ ਇਲਾਵਾ ਕੁਛ ਜ਼ਹਿਰਾਂ ਇਹਦੇ ਵਿੱਚ ਹੁੰਦੀਆਂ ਵਾ, ਲੇਕਿਨ ਉਹਨੂੰ ਤੇਜ਼ ਜ਼ਹਿਰਾਂ ਬੱਕਰੀ ਬਾਹਰ ਆਪਣੀ ਖੁਰਾਕ 'ਚ ਖਾ ਰਹੀ ਆ। ਠੀਕ ਹੋ ਗਿਆ, ਜਿਹਦੇ ਵਿੱਚ ਤੁਸੀਂ ਲਗਾ ਲਓ ਹਿਸਾਬ ਕਿ ਇੱਕ ਅੱਕ ਨੂੰ ਲਗਾ ਲਓ। ਹਾਂਜੀ, ਠੀਕ ਹੋ ਗਿਆ, ਉਹਦੀ ਜ਼ਹਿਰ ਤੁਸੀਂ ਬਰਦਾਸ਼ਤ ਨਹੀਂ ਕਰ ਸਕਦੇ। ਬੱਕਰੀ ਖਾ ਜਾਂਦੀ ਮਦੇ ਨਾਲ, ਖਾਂਦੀ ਆ ਅਤੇ ਬੇਸ਼ੁਮਾਰ ਜ਼ਿਆਦਾ ਖਾ ਜਾਂਦੀ ਆ, 2-2.5-3 ਕੇਜੀ ਜਿਹੜਾ ਵਾ ਖਾ ਜਾਂਦੀ ਆ। ਸਹੀ ਗੱਲ। ਉਹਦੇ ਵਿੱਚ ਅਗਰ ਦੁੱਧ ਅੰਦਾਜ਼ਾ ਲਗਾਇਆ ਜਾਵੇ, ਜਿਹੜਾ ਉਹਦਾ ਸਹੀ ਜ਼ਹਿਰ ਆ ਉਹ ਵੀ ਥੋੜ੍ਹਾ ਵੀ ਹੋਵੇ ਤਾਂ 300 ਗ੍ਰਾਮ ਤੱਕ ਹੀ ਉਹਦੇ ਅੰਦਰ ਜਾਂਦਾ ਵਾ। ਇਸੇ ਤੋਂ ਜਿਹੜੀ ਚਰਾਈ ਵਾਲੀਆਂ ਬੱਕਰੀਆਂ ਵਾ ਉਹਨੂੰ ਕੀੜੇ ਦੀ ਪ੍ਰੋਬਲਮ ਨਹੀਂ ਹੁੰਦੀ, ਉਹ ਸਿਹਤ ਅੱਛੀ ਕਰਦੀਆਂ ਵਾ। ਠੀਕ ਹੋ ਗਿਆ। ਬਾਅਦ ਦੋਸਤ ਕਹਿੰਦੇ ਕਿ ਜ਼ਹਿਰ ਇਸ ਤਰ੍ਹਾਂ ਹੋ ਜਾਏਗੀ, ਉਸ ਤਰ੍ਹਾਂ ਹੋ ਜਾਏਗੀ, ਉਸ ਤਰ੍ਹਾਂ ਹੋ ਜਾਏਗੀ, ਨਹੀਂ ਤੁਸੀਂ ਬੱਕਰੀ ਦੀ ਨੇਚਰ ਨੂੰ ਨਹੀਂ ਸਮਝਦੇ ਨਾ। ਠੀਕ ਹੋ ਗਿਆ, ਉਹਨੀ ਡੇਟ 'ਤੇ ਇਸ ਤਰ੍ਹਾਂ ਦੀ ਆਵਾਜ਼ ਆਉਂਦੀ ਹੈ, ਜਿਹੜੇ ਬੱਕਰੀ ਦੀ ਨੇਚਰ ਨੂੰ ਸਮਝ ਜਾਓਗੇ ਫਿਰ ਤੁਹਾਡੀ ਆਵਾਜ਼ ਨੂੰ ਹਟ ਜਾਏਗੀ, ਪਰ ਜਿੰਨਾ ਤੁਸੀਂ ਆਪ ਬਜ਼ਾਤੇ ਖੁਦ ਨੇਚਰ ਦੇ ਕਰੀਬ ਹੋ ਜਾਓਗੇ ਤੁਹਾਡੇ ਮਸਾਇਲ ਖਤਮ ਹੋ ਜਾਣਗੇ। ਠੀਕ ਹੋ ਗਿਆ। ਠੀਕ ਹੋ, ਨੇਚਰ ਦੇ ਕਰੀਬ ਹੋਣ ਦੇ 2 ਤਰੀਕੇ, ਇੱਕ ਕੁਦਰਤੀ ਤਰੀਕੇ ਇਸ ਚੀਜ਼ ਤੋਂ ਹਾਸਲ ਕਰ ਲੈਣੇ, ਇੱਕ ਆਰਟੀਫਿਸ਼ਲ ਤਰੀਕੇ ਨਾਲ। ਠੀਕ ਹੋ ਗਿਆ, ਆਰਟੀਫਿਸ਼ਲ ਤਰੀਕੇ ਨਾਲ ਕੋਈ ਥੋੜ੍ਹਾ ਬਹੁਤਾ ਨੁਕਸਾਨ ਦੇ ਚਾਂਸ ਹੁੰਦੇ ਆ, ਲੇਕਿਨ ਫਿਰ ਵੀ ਤੁਹਾਡੇ ਜਿਹੜੇ ਬਹੁਤੀਆਂ ਬਿਮਾਰੀਆਂ ਸ਼ਮਾਰੀਆਂ ਤੋਂ ਬਚੇ ਰਹਿੰਦੇ ਨੇ। ਆਹ ਹੁਣ ਅਸੀਂ ਆਰਟੀਫਿਸ਼ਲ ਤਰੀਕਿਆਂ ਹਾਸਲ ਕਰ ਰਹੇ ਹਾਂ। ਸਹੀ ਹੋ ਗਿਆ। ਨੇਚਰੀ ਤਰੀਕਾ ਕਿ ਜਿਹੜੀਆਂ ਮੁਖਤਲਿਫ ਬਾਹਰੋਂ ਜਾਨਵਰ ਜੜੀ ਬੂਟੀਆਂ ਖਾਣ ਦਾ ਵਾ, ਉਹ ਜ਼ਹਿਰੀਲੀਆਂ ਹੁੰਦੀਆਂ, ਉਹਨਾਂ ਦਾ ਕੀੜੇ ਖਤਮ ਹੁੰਦੇ ਆ, ਆਹ ਚੀਜ਼ ਆ ਕੰਮ ਕਰਦੇ ਜੀ। ਬਿਹਤਰੀਨ ਹੋ ਗਿਆ। ਆਮ ਜਿਹੜੀ ਡਿਵਰਮਿੰਗ ਆ ਉਹ ਜਿਗਰ ਖਰਾਬ ਕਰ ਦਿੰਦੀ ਹੈ ਸਭ ਤੋਂ ਜ਼ਿਆਦਾ। ਨਹੀਂ ਉਹ ਤਾਂ ਮੈਂ ਆਪ ਫੇਸ ਕੀਤੇ ਨੇ ਇੱਕ ਦੋ ਪ੍ਰੋਬਲਮ ਉਸ ਦੇ ਨਾਲ ਡਿਵਰਮਿੰਗ ਕਰਕੇ। ਆਪਣੇ ਜ਼ਿਆਦਾ ਆਖ ਬਾਹਰ ਕਰਾ। ਚਲੋ ਜੀ, ਇਹ ਦੋ ਇਹਦੀਆਂ ਵੀ ਦੋ ਹੀ ਦੇਣੀਆਂ ਨੇ। ਇਹ ਤਕਰੀਬਨ 2 ਗੋਲੀਆਂ ਜੋ ਹੈ ਨਾ ਇੱਕ ਬੱਚੇ ਕੋ ਦੀ ਜਾਏਗੀ। ਦੇਖ ਪਈ ਖਾ ਲਿਆ ਆਪੇ ਹੀ, ਮੁਸ਼ਕਿਲ ਹੋਤੀ ਹੈ ਥੋੜ੍ਹਾ, ਕਿਉਂਕਿ ਗੋਲੀ ਕਾ ਸਾਈਜ਼ ਥੋੜ੍ਹਾ ਬੜਾ, ਤੋ ਜਾਨਵਰ ਜੋ ਹੈ ਨਾ ਆਗੇ ਸੇ ਰਜਿਸਟ ਕਰਤਾ, ਈਜ਼ੀਲੀ ਖਾਤਾ ਨਹੀਂ ਹੈ, ਤੋ ਉਸਕੇ ਸਾਥ ਜੋ ਹੈ ਨਾ ਉਹ ਪੀਛੇ ਸੇ ਅੰਦਰ ਡਾਲ ਕੇ ਗਲੇ ਮੇ ਪੀਛੇ ਸੇ ਪਾਣੀ ਡਾਲਨਾ ਪੜਤਾ। ਠੰਡੀ ਹੋ ਗਈ। ਫਰਨੈਲ ਦੀ ਜਾ ਰਹੀ ਹੈ, ਆਉਂਦੇ ਨੇ ਬਾਅਦ 'ਚ ਆਪ ਵੀ ਇੱਕ ਖਾਣੀ। ਠੀਕ ਹੈ, ਅੱਧੇ ਮੇਰੇ ਸਰੀਰ ਨੂੰ ਖਵਾ ਰਹੀ ਹੈ, ਸਵੇਰੇ ਅੰਡੇ ਖਵਾਏ।
ਇਹਨਾਂ ਸੁਬਾਹ ਜ਼ੈਤੂਨ ਦੀਆਂ ਗੋਲੀਆਂ ਖਵਾਈਆਂ ਮੈਨੂੰ। ਆਹਾ ਜੀ ਸਾਹਿਬ ਤੁਸੀਂ ਜੋਡੋ ਸਿੱਖਦੇ ਰਹੇ ਮੇਰੇ ਖਿਆਲ। ਚਲੋ ਜੀ ਤਕਰੀਬਨ ਇਹ ਕੁਛ ਖਿਲਾ ਦੀ ਗਈ ਹੈ। थोड़े पीसेस करके वो निकाल रहा है भाई, तो वो पकड़ के दोबारा उसके मुंह में डाल दिया जाता है। तो इतनी आसानी से नहीं जानवर खाता, थोड़ा सा इसके साथ स्ट्रगल करनी पड़ती है। चार पाँच माह के बाद ये डिवार्मिंग कर रहे हैं। ये की चांदा है ਇਹ ਥੋੜਾ ਤੰਗ ਕਰਦਾ ਪਿਆ ਇਹਨੂੰ ਨੇ ਜਸ ਬੱਚੇ ਅਮੂਮਨ ਜਿਹੜੇ ਨੇ ਨਾ ਉਹ ਕਰਦੇ ਨੇ ਥੋੜਾ ਮੁਸ਼ਕਲ ਕਰ ਵੱਡਾ ਜਾਨਵਰ ਤਾਂ ਵੈਸੇ ਮੂੰਹ ਹੀ ਵੱਡਾ ਉਹ ਤਾਂ ਜਿਹੜਾ ਹੁੰਦਾ ਨਾ ਉਹ ਆਦੀ ਹੋ ਜਾਂਦਾ ਨਾ ਉਸ ਚੀਜ਼ ਦਾ ਫੜੋ ਜੀ ਖਾਇਓ ਨਾ ਖਾਣਾ ਨਹੀਂ ਜੇ ਵੈਸੇ ਇਹਦੀ ਕੁਆਲਿਟੀ ਠੀਕ ਹੈ ਨਾ ਦਿਲ ਕਰਦਾ ਜਨਾ ਕਰ ਤੁਹਾਡਾ ਮਾਰੋ ਹਾਂ ਜਾ ਕੇ ਲੇਕਿਨ ਇੱਕ ਹੋਰ ਗੱਲ ਹੈ ਕਿ ਇਹ ਵੀ ਜਿਹੜਾ ਨਾ ਜਿਹੜੀ ਹੁੰਦੀ ਹੈ ਨਾ ਸੁਪਰ ਫਾਈਨ ਕੁਆਲਿਟੀ ਠੀਕ ਹੈ ਉਹ ਨਹੀਂ ਹੈ ਕਿਉਂਕਿ ਮਾਰਕੀਟ ਵਿੱਚ ਇਹ ਲਵ ਹੋਣ ਜਿਹੜਾ ਇਹ ਬਹੁਤ ਅੱਛਾ ਕਰਕੇ ਲਿਆ ਲਿਆਂਦਾ ਗਿਆ ਵੇ ਲੇਕਿਨ ਇਹਦੀ ਵੀ ਤੁਸੀਂ ਅਗਰ ਸਮੈਲ ਵਗੈਰਾ ਲੈਂਦੇ ਹੋ ਨਾ ਇੰਨੀ ਸਮੈਲ ਵੀ ਬਹੁਤ ਜ਼ਿਆਦਾ ਨਹੀਂ ਹੈ ਤੇਜ਼ ਨਹੀਂ ਹੈ ਹਾਂ ਯਾਨੀ ਜਿੰਨੀ ਸਮੈਲ ਜ਼ਿਆਦਾ ਹੋਏਗੀ ਉਨਾ ਜ਼ਿਆਦਾ ਅਫੈਕਟਿਡ ਨਹੀਂ ਉਹ ਅੱਛੀ ਚੀਜ਼ ਹੋਵੇ ਜੀ ਕਿਉਂਕਿ ਇਹ ਵਾਲੀ ਚੀਜ਼ ਦਾ ਜਿਹੜਾ ਫਾਰਮੂਲਾ ਹੁੰਦਾ ਹੈ ਉਹ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਇਹ ਹਵਾ ਦੇ ਨਾਲ ਖੁਸ਼ਬੂ ਆਪਣੀ ਖਾਰਿਜ ਕਰਦੀ ਹੈ ਸਾਈਜ਼ ਦੇ ਵਿੱਚ ਕਮੀ ਹੋ ਜਾਂਦੀ ਹੈ ਤੇ ਇਹ ਲਾ ਨਰਮ ਹੋਣਾ ਸ਼ੁਰੂ ਹੋ ਜਾਂਦਾ ਸਹੀ ਹੋ ਗਿਆ ਇਹ ਹੁਣ ਦਾਣੇਦਾਰ ਨਹੀਂ ਹੈ ਠੀਕ ਹੈ ਬਿਲਕੁਲ ਪਲੇਨ ਹੈ ਠੀਕ ਹੋ ਗਿਆ ਇਹਦੀ ਹੋਰ ਅੱਛੀ ਕੁਆਲਿਟੀ ਵੀ ਲੱਭ ਸਕਦੀ ਹੈ ਲੇਕਿਨ ਪਾਕਿਸਤਾਨ ਦੇ ਵਿੱਚ ਕਹਿ ਲਓ ਕਿ ਇਹ ਵੀ ਬੜੀ ਫਾਈਨ ਕੁਆਲਿਟੀ ਗਿਣੀ ਜਾਂਦੀ ਯਾਰ ਮੈਂ ਨਾ ਉਹ ਲਿਆ ਸੀ ਇੱਕ ਸੁਪਰ ਸਟੋਰ ਤੋਂ ਮੰਗਵਾਇਆ ਸੀ ਬੜੀ ਅੱਛੀ ਜਿਹੀ ਪੈਕਿੰਗ ਹੋਈ ਸੀ ਅਤੇ ਉਹਦੀ ਵੀ ਉਹ ਇੱਕ ਖੁੱਲ੍ਹਾ ਰਹਿ ਗਿਆ ਕਮਰੇ 'ਚ ਉਹਦਾ ਪੈਕਟ ਨਾ ਉਹ ਕਿੰਨੇ ਦਿਨ ਉੱਥੋਂ ਖੁਸ਼ਬੂ ਨਹੀਂ ਸੀ ਗਈ ਖੁਸ਼ਬੂ ਖਾਰਜ ਕਰਦੀ ਹੈ ਹਾਂਜੀ ਉਹਦੇ ਨਾਲ ਫਿਰ ਇਹ ਬਿਲਕੁਲ ਨਰਮ ਹੋ ਜਾਂਦਾ ਹੈ ਇਸ ਤਰ੍ਹਾਂ ਤੁਸੀਂ ਇਹਨੂੰ ਟੱਚ ਕਰਦੇ ਹੋ ਉਹ ਮੈਂ ਉਹ ਬਾਅਦ 'ਚ ਉਹ ਦੇ ਕੇ ਵੇਖਿਆ ਜਾਨਵਰਾਂ ਨੂੰ ਉਹਦੇ ਨਾਲ ਅਸਰ ਹੀ ਨਹੀਂ ਹੋਇਆ ਉਹ ਫਿਰ ਇਹੀ ਵਜ੍ਹਾ ਹੋਈ ਕਿ ਉਹ ਓਪਨ ਹੋ ਗਿਆ ਨਾ ਤੋ ਜੀ ਇਹ ਵੀ ਆਪਣੇ ਖਿਆਲ ਕਰਨਾ ਜੀ ਜੋ ਖੁੱਲ੍ਹੀ ਗੋਲੀਆਂ ਮਿਲਤੀ ਹੈ ਨਾ ਉਨ੍ਹਾਂ ਕੋਈ ਫਾਇਦਾ ਨਹੀਂ ਹੈ ਕਿਉਂਕਿ ਜਬ ਹਵਾ ਇਸ ਕੋ ਲੱਗ ਜਾਂਦੀ ਹੈ ਤੋ ਫਿਰ ਇਹ ਆਪਣਾ ਅਸਰ ਜ਼ਾਇਲ ਕਰ ਦਿੰਦੀ ਹੈ ਤੋ ਇਸ ਲਈ ਆਪਣੇ ਇਸ ਕੋ ਏਅਰ ਟਾਈਟ ਯਾਨੀ ਕਿ ਬੰਦ ਪੈਕਿੰਗ ਵਾਲੀ ਲੈਣੀ ਹੈ ਔਰ ਅੱਛੀ ਲੈਣੀ ਹੈ ਤੋ ਇਹ ਬੜਾ ਫਾਇਦੇਮੰਦ ਡਿਵਰਮਿੰਗ ਹੈ ਸੀਰਪ ਸ਼ੀਰਪ ਸੇ ਸਸਤੀ ਵੀ ਹੈ ਚਲੋ ਜੀ ਇਸ ਕੋ ਦੋ ਗੋਲੀਆਂ ਦੇ ਦੀ ਗਈ ਹੈ ਤੋ ਇਹ ਸਾਰਾ ਇਸ ਲਈ ਆਪਕੋ ਦਿਖਾਇਆ ਹੈ ਕਿ ਇਤਨਾ ਆਸਾਨੀ ਸੇ ਨਹੀਂ ਜਾਨਵਰ ਲੇਤਾ ਅਕਸਰ ਭਾਈ ਜੋ ਹੈ ਉਹ ਪੁੱਛਦੇ ਹਾਂ ਮੁਝੇ ਵੀ ਥੋੜ੍ਹਾ ਸਾ ਥਾ ਕਿ ਇਹ ਸ਼ਾਇਦ ਮੁਝਸੇ ਨਹੀਂ ਸਹੀ ਦੀ ਜਾਤੀ ਤੋ ਉਹ ਜਾਨਵਰ ਲੇਤਾ ਹੀ ਮੁਸ਼ਕਿਲ ਸੇ ਹੈ ਚਲੇ ਅਬ ਇਹ ਸਾਰੇ ਜਾਨਵਰੋਂ ਕੋ ਦੇਣੀ ਹੈ ਤੋ ਵੀਡੀਓ ਬਹੁਤ ਲੰਬੀ ਹੋ ਜਾਏਗੀ ਤੋ ਉਮੀਦ ਹੈ ਕਿ ਭਾਈਓ ਕੋ ਇਸ ਸੇ ਫਾਇਦਾ ਹੋਗਾ ਦੁਆ ਮੇਂ ਯਾਦ ਰੱਖੇ ਜੀ ਅੱਲਾ ਹਾਫਿਜ਼।